ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਸਾਰਕਾਸਟਿਕ ਡੂਡ ਗਾਈਸ, ਅਤੇ ਮੈਂ ਤੁਹਾਡਾ ਆਪਣਾ ਯੋਗੇਸ਼। ਅਤੇ ਗਾਈਸ, ਕਾਫੀ ਟਾਈਮ ਦੀ ਵੀਡੀਓ ਪੈਂਡਿੰਗ ਪਈ ਸੀਗੀ ਜੀ, ਅਤੇ ਮੈਨੂੰ ਮੈਸੇਜਸ ਆ ਰਹੇ ਸੀਗੇ ਕਿ ਤੁਸੀਂ ਆਪਣੀ ਵਲੌਗ ਜਿਹੜਾ ਹੈਗਾ ਉਹਦੇ ਵਿੱਚ ਤੁਸੀਂ ਆਪਣੀ ਕਾਰ ਦੀ ਕਿਉਂ ਨਹੀਂ ਦੱਸ ਰਹੇ। ਅਤੇ ਗਾਈਸ, ਅੱਜ ਦਿਨ ਆ ਗਿਆ ਕਿ ਅੱਜ ਆਪਾਂ ਉਹਦੇ ਬਾਰੇ ਗੱਲ ਕਰਾਂਗੇ, ਅਤੇ ਉਹ ਤੋਂ ਪਹਿਲਾਂ ਤੁਸੀਂ ਚੈੱਕ ਕਰੋ ਜੀ ਵੈਦਰ, ਚੈੱਕ ਕਰੋ। ਤੁਹਾਨੂੰ ਇੱਕ ਬੰਦਾ ਬੁਲਾਉਣਾ ਜੀ, ਦੇਖੋ ਮੈਂ ਤਾਂ ਕੰਮ 'ਤੇ ਆ ਕੇ ਖੜ੍ਹਾ ਹਾਂ, ਅਤੇ ਇਹਨੂੰ ਦੇਖੋ ਯਾਰ, ਇਹ ਆ ਰਿਹਾ ਕਾਫੀਆਂ ਲੈ ਕੇ। ਰਵੀ ਬਾਈ, ਕਿਆ ਕਰਨਾ ਇਸਕਾ ਬਤਾ ਦੇ, ਇਸਕੋ ਸਮਝਾ, ਦੇਖ ਕਭੀ ਕਾਫੀ ਲੈਣੇ ਜਾ ਰਿਹਾ, ਕਭੀ ਕੁਛ, ਮੈਂ ਯਹਾਂ ਪਰ ਆ ਕੇ ਰੇਟ ਡਾਲ ਰਹਾ ਹੂੰ। ਦੇਖ ਲਓ ਗਾਈਸ, ਆ ਗਿਆ ਰੇ, ਹਾਂ ਹਾਂ, ਦੇਖ ਲਾ ਰਵੀ ਭਰਾ, ਹੁਣ ਮੈਨੂੰ ਨਾ ਕਹੀ ਬਾਅਦ 'ਚੋਂ, ਠੀਕ ਹੈ। ਉਹ ਵੀਰ ਜੀ, ਕੀ ਹਾਲ ਨੇ? ਆਹ ਦੇਖ ਲਓ ਅੰਕਲ ਜੀ, ਆਂਟੀ ਜੀ, ਮੈਂ ਕੁਛ ਨਹੀਂ ਕਹਿਣ ਡਿਆ, ਬਸ ਤੁਸੀਂ ਆਪ ਹੀ ਦੇਖ ਲਓ। ਮੁੰਡਾ ਬੇਗਰ ਵੀ ਲਿਆ? ਨਹੀਂ ਨਹੀਂ ਆਂਟੀ ਜੀ, ਮੁੰਡਾ ਬੜਾ ਚੰਗਾ ਜੀ, ਕਾਫੀ ਦੇਣਾ ਭਾਜੀ ਵੀ, ਚੱਕ ਲੈ ਕੋਈ ਨਹੀਂ। ਪਹਿਲਾਂ ਮੈਂ ਲੈ ਕੇ ਬਾਹਰ ਨਿਕਲਿਆ ਹੀ ਸੀ ਜਦੋਂ ਤੇਰਾ ਫੋਨ ਆਇਆ। ਓਕੇ ਓਕੇ ਓਕੇ, ਮੇਰਾ ਵੈਸੇ ਮਨ ਕੀਤਾ ਮੈਂ ਬੰਦੇ ਨੂੰ ਮਿਲ ਲਈਏ ਜਾ ਕੇ, ਮੈਂ ਉਧਰੋਂ ਆਇਆ ਸੀ। ਹੋਰ ਭਾਜੀ, ਕੀ ਹਾਲ ਚਾਲ ਨੇ? ਸਿਹਤਾਂ ਠੀਕ ਠਾਕ ਆ? ਵਧੀਆ ਸਰ, ਵਧੀਆ, ਤੁਸੀਂ ਸੁਣਾਓ? ਬਸ ਵਧੀਆ ਜੀ, ਵਧੀਆ। ਵੀਰ ਜੀ ਪੂਰੀ ਹੋ ਗਈ ਆਹ, ਵੀਰ ਜੀ ਸਾਡੀ ਲੈਂਬੋਰਗਿਨੀ ਸੀਗੀ ਤੇ ਹੈਗੀ ਆ, ਬਸ ਥੋੜੀ ਬੰਦੇ ਨੇ ਅੰਦਰੋਂ ਗੰਦੀ ਕਰਤੀ ਹੋਈ ਆ, ਬਾਕੀ ਐਂਡ ਕਰਾਈ ਹੋਈ ਆ। ਹੁਣ ਆ ਗਈ ਨਵੀਂ ਲੈਂਬੋਰਗਿਨੀ, ਦੋ ਦੋ ਲੈਂਬੋ ਹੋ ਗਈਆਂ ਸਾਡੇ ਕੋਲ। ਚਲੋ ਵੀਰ ਜੀ, ਆ ਜਾਓ ਫਿਰ ਆਪਾਂ ਕਰੀਏ ਸ਼ੁਰੂ। ਕੌਣ? ਚਲੋ ਆ, ਟੋਪੀ ਵੀ ਬੜੀ ਘੈਂਟ ਪਾਈ ਆ ਇੱਕ, ਇਹਦੀ ਮਤਲਬ ਕਿ ਮਾਰੀ ਹੋਈ ਹੈ ਜੀ, ਆਪਣੀ ਲੈਂਦੀ ਆ, ਟਿੰਬਰਲੈਂਡ। ਰੰਗ ਨਹੀਂ ਕੋਈ ਵਧੀਆ ਲੱਭਾ ਤੈਨੂੰ ਭਰਾਵਾ? ਦੇਖੀ ਰੰਗ ਕਿੱਦਾਂ ਦਾ ਲਿਆ ਆ ਯਾਰ, ਇਹ ਟ੍ਰੈਂਡਿੰਗ ਕਲਰ, ਤੁਹਾਨੂੰ ਕੀ ਪਤਾ ਮੈਂ ਬਲੈਕ ਕਲਰ ਨਾਲ ਕਿੱਦਾਂ ਰੰਗ ਜੱਚਦੇ ਜਾ ਭਰਾਵਾ। ਸੋ ਹਾਂਜੀ ਗਾਈਸ, ਹੁਣ ਅਸੀਂ ਤੁਹਾਨੂੰ ਆਪਣੇ ਗੱਡੀ ਦੇ ਫੀਚਰਸ ਵਗੈਰਾ ਦੱਸਾਂਗੇ, ਅਤੇ ਖਰਚਾ ਪਾਣੀ ਜੋ ਵੀ ਹੋਇਆ ਸੀਗਾ ਉਹਦੇ ਬਾਰੇ ਦੱਸਾਂਗੇ, ਕਿੰਨਾ ਤੁਹਾਨੂੰ ਟੈਕਸ ਪਿਆ ਉਹਦੇ ਬਾਰੇ ਦੱਸਾਂਗੇ, ਇੰਸ਼ੋਰੈਂਸ ਬਾਰੇ ਦੱਸਾਂਗੇ, ਸਾਰਾ ਕੁਛ ਲੇਮਨ ਲੈਂਗੁਏਜ ਈਜ਼ੀ ਵੇ ਦੇ ਵਿੱਚ ਆਪਾਂ ਦੱਸਾਂਗੇ। ਆਪਾਂ ਉਹ ਕੰਮ ਨਹੀਂ ਕਰਨਾ ਆਪਾਂ ਇੱਕੋ ਵੀਡੀਓ 'ਚ ਕੰਮ ਖਤਮ ਕਰ ਦੇਣਾ, ਟੈਨਸ਼ਨ ਨਾ ਲਓ ਤੁਸੀਂ, ਠੀਕ ਹੈ? ਔਖਾ ਉਹਦਾ ਤਾਂ ਵੈਸੇ ਕਾਫੀ ਕੰਮ ਹੋਇਆ ਇਹਨਾਂ ਨੇ, ਪਤਾ ਨਹੀਂ ਇੱਕੋ ਵੀ ਛੋਟੇ ਛੋਟੇ ਕਲਿੱਪਾਂ ਬਣਾ ਕੇ ਕਿੰਨੀਆਂ ਵੀਡੀਓ ਬਣਾਤੀਆਂ। ਚਲੋ ਕਰਦੇ ਚੱਲ ਹੋ ਜਾ ਰੈਡੀ ਰੂਡੀ ਪਹਿਲਾਂ ਆਪਣਾ ਨਾਮ ਨੂੰ ਖਾ ਪੀ ਲੈ ਕਰ ਲਵਾਂਗੇ। ਸੋ ਸ਼ੁਰੂਆਤ ਕਰਦੇ ਜੀ ਸਟੇਅਰਿੰਗ ਤੋਂ, ਸਭ ਤੋਂ ਪਹਿਲਾਂ ਆਪਾਂ ਗੱਡੀ ਦੇ ਬਾਰੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇ ਦਿੰਦੇ ਜੀ। ਇਹ ਜਿਹੜੀ ਗੱਡੀ ਹੈਗੀ ਹੈ ਜੀ, ਇਹ ਹੈਗੀ ਆ ਹਾਈਲਾਈਨ 2019 ਜੈਟਾ, ਠੀਕ ਹੈ ਜੀ। ਅਤੇ ਸਟੇਅਰਿੰਗ ਤੋਂ ਸ਼ੁਰੂਆਤ ਕਰਾਂਗੇ। ਸਟੇਅਰਿੰਗ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਜੀ ਸਾਡਾ ਸੋਹਣਾ ਜਿਹਾ ਲੋਗੋ ਵੋਲਕਸਵੈਗਨ ਦਾ, ਅਤੇ ਆਹ ਹੈਗਾ ਆ ਜੀ ਸਭ ਤੋਂ ਪਹਿਲਾਂ ਵਾਲਿਊਮ ਇਨਕਰੀਜ਼ ਡਿਕਰੀਜ਼ ਕਰਨ ਲਈ, ਅਤੇ ਇਹ ਹੈਗਾ ਕਰੂਜ਼ ਸਿਸਟਮ। ਕਰੂਜ਼ ਸਿਸਟਮ ਦਾ ਮਤਲਬ ਹੁੰਦਾ ਆ ਕਿ ਜਿੱਦਾਂ ਆਪਾਂ ਜੇ ਇੱਕੋ ਕੰਸਿਸਟੈਂਟ ਰੇਸ ਦੇ ਉੱਤੇ ਚਲਾਉਣਾ ਚਾਹੀਏ ਗੱਡੀ ਨੂੰ ਹਾਈਵੇ ਦੇ ਉੱਤੇ, ਅਤੇ ਸਾਨੂੰ ਆਪਾਂ ਉਹਨੂੰ ਸੈੱਟ ਕਰ ਸਕਦੇ ਆਪਣੇ ਹਿਸਾਬ ਦੇ ਨਾਲ, ਅਤੇ ਸਾਨੂੰ ਰੇਸ ਵਗੈਰਾ ਦੇਣ ਦੀ ਬਿਲਕੁਲ ਜ਼ਰੂਰਤ ਨਹੀਂ ਪੈਂਦੀ, ਠੀਕ ਹੈ ਜੀ। ਅਤੇ ਆਹ ਹੈਗਾ ਜੀ ਲੇਨ ਅਸਿਸਟੈਂਟ ਦਾ, ਅਤੇ ਇਹਦੇ ਵਿੱਚ ਮਤਲਬ ਦੋ ਆਪਸ਼ਨ ਆ ਜਾਂਦੇ, ਬਲਾਈਂਡ ਸਪੋਟ ਦਾ ਅਤੇ ਰੇਅਰ ਟ੍ਰੈਫਿਕ। ਰੇਅਰ ਟ੍ਰੈਫਿਕ ਦਾ ਮਤਲਬ ਹੁੰਦਾ ਕਿ ਜਿਹੜੇ ਪਿੱਛੇ ਕੋਈ ਬੰਦਾ ਆ ਰਿਹਾ ਹੋਊਗਾ ਅਤੇ ਮਤਲਬ ਕਿ ਇਹਨਾਂ ਦੀ ਆਵਾਜ਼ ਇਹਨੇ ਬੀਪ ਕਰਨ ਲੱਗ ਜਾਣਾ, ਤਾਂ ਜੇ ਤੁਹਾਨੂੰ ਪਤਾ ਲੱਗ ਜਾਵੇ ਪਿੱਛੇ ਕੋਈ ਬੰਦਾ ਆ ਰਿਹਾ, ਅਤੇ ਆਟੋਮੈਟਿਕਲੀ ਕਿ ਜੇ ਆਪਾਂ ਨੂੰ ਨਾ ਵੀ ਪਤਾ ਲੱਗੇ ਤਾਂ ਆਟੋਮੈਟਿਕ ਬ੍ਰੇਕ ਲਗਾ ਸਕਦੀ ਹੈ, ਠੀਕ ਹੈ ਜੀ। ਦੂਜੀ ਸਾਈਡ 'ਤੇ ਆਉਂਦੇ ਹਾਂ ਜੀ, ਇਹ ਹੈਗਾ ਜੀ ਵੋਇਸ ਅਸਿਸਟੈਂਟ। ਆਪਾਂ ਬੋਲ ਕੇ ਜਿੱਦਾਂ ਸੀਰੀ ਦਾ ਛੋਟਾ ਭਰਾ ਆ, ਬੋਲ ਕੇ ਆਪਾਂ ਦੱਸ ਸਕਦੇ ਜੋ ਵੀ ਆਪਾਂ ਚਾਹੁੰਦੇ ਹਾਂ, ਹੈ ਨਾ। ਅਤੇ ਆਹ ਹੈਗਾ ਗਾਣਾ ਉੱਪਰ ਪਿੱਛੇ ਕਰਨ ਦੇ ਲਈ, ਅਤੇ ਆਹ ਹੈਗਾ ਜੀ ਡੈਸ਼ਬੋਰਡ ਦੇ ਉੱਤੇ ਜਿਹੜੇ ਫੰਕਸ਼ਨਸ ਆਉਂਦੇ ਨੇ ਉਹਨਾਂ ਨੂੰ ਦੇਖਣ ਲਈ, ਹੈ ਨਾ। ਅਤੇ ਹੁਣ ਅੱਗੇ ਵੀ ਭਾਈ ਸਾਡੇ ਸਾਨੂੰ ਦੱਸਣਗੇ, ਚਲੋ ਜੀ ਭਾਈ ਆ ਜਾਓ ਜੀ। ਓਕੇ, ਅੱਗੇ ਆਪਣਾ ਆ ਗਿਆ, ਪਹਿਲਾਂ ਸਾਨੂੰ ਪਹਿਲਾਂ ਆਪਾਂ ਆਉਂਦੇ ਹਾਂ ਵਾਈਪਰ ਸਵਾਲ। ਓਕੇ, ਇਹ ਹੋ ਗਏ ਸਾਰੇ ਵਾਈਪਰ ਕੰਟਰੋਲਸ, ਇਹ 'ਚ ਆਪਾਂ ਸਪੀਡ ਵਧਾ ਕਢਾ ਸਕਦੇ, ਬਟ ਇਹਦੇ ਜਿਹੜੇ ਵਾਈਪਰਸ ਹੈਗੇ ਉਹ ਹੈਗੇ ਆਟੋਮੈਟਿਕ, ਇੱਥੇ ਦੇ ਸੈਂਸਰ ਲੱਗਾ ਹੋਇਆ ਇਹਦੇ ਪਿੱਛੇ ਸ਼ੀਸ਼ੇ 'ਤੇ। ਓਕੇ, ਸੋ ਇਹ ਆਟੋਮੈਟਿਕ ਚੱਲ ਪੈਂਦੇ, ਆਪਣੇ ਹਿਸਾਬ ਨਾਲ ਸਪੀਡ ਵੀ ਵਧਾ ਲੈਂਦੇ ਘਟਾ ਲੈਂਦੇ ਜਿਸ ਹਿਸਾਬ ਨਾਲ ਰੇਨ ਪਵੇ। ਉਸ ਤੋਂ ਬਾਅਦ ਆਹ ਸ਼ੀਸ਼ਾ ਬਹੁਤ ਵਧੀਆ ਫੀਚਰ ਬੋਕਸ ਵਾ ਕਹਿੰਦਾ, ਜਿਹੜਾ ਇਹ ਹੁੰਦਾ ਆਟੋ ਡਿਮਿੰਗ ਹੁੰਦਾ ਹੈ, ਜਿੱਦਾਂ ਕਿ ਪਿੱਛੇ ਹੋ ਗਿਆ ਆਪਣੇ ਲਾਈਟ ਪੈ ਰਹੀ ਹੈ ਉਹਦੀ ਰਿਫਲੈਕਸ਼ਨ ਘਟਾ ਦਿੰਦਾ ਬਿਲਕੁਲ। ਓਕੇ, ਸਿਰਫ ਆਪਾਂ ਨੂੰ ਲਾਈਟ ਦਿਸਦੀ ਹੈ। ਓ ਮਾਈ ਗੋਡ, ਠੀਕ ਹੈ ਠੀਕ ਹੈ ਭਾਜੀ। ਉਸ ਤੋਂ ਬਾਅਦ ਉੱਧਰ ਆ ਗਏ ਆਪਣੇ ਇੰਡੀਕੇਟਰ ਕੰਟਰੋਲਸ ਦੂਸਰੇ ਵਾਲੇ ਪਾਸੇ। ਓਕੇ, ਆਹ ਵਾਲੇ ਇੰਡੀਕੇਟਰ ਕੰਟਰੋਲਸ ਆ ਗਏ ਸਾਰੇ, ਠੀਕ ਹੈ। ਜੇ ਆਪਾਂ ਸਕਰੀਨ ਤੇ ਆਪਾਂ ਵਾਸ਼ ਕਰਨੀ ਆ ਤਾਂ ਉੱਥੋਂ ਵੀ ਉਹ ਵੀ ਕੰਟਰੋਲ ਸਾਰੇ ਉਹਦੇ ਉੱਤੇ, ਇਹ ਸਾਰਿਆਂ ਨੂੰ ਪਤਾ ਹੀ ਹੁੰਦਾ। ਉਸ ਤੋਂ ਬਾਅਦ ਆਪਣਾ ਆ ਜਾਂਦਾ ਇੰਸਟਰੂਮੈਂਟ ਕਲਸਟਰ ਆ ਜਾਂਦਾ ਆ, ਠੀਕ ਹੈ ਜੀ। ਤੇ ਇਹਦੇ ਵਿੱਚ ਬਾਕੀ ਇੱਧਰ ਫਿਊਲ ਗੇਜ ਆ, ਇੱਧਰ ਸਪੀਡਿੰਗ ਆ, ਉੱਧਰ ਵਾਲਾ ਉਹ ਹੈਗਾ ਆਪਣਾ ਰੈਵ ਮੀਟਰ ਹੈਗਾ ਜਿਹੜਾ, ਉਹ ਤੋਂ ਬਾਅਦ ਜਿਹੜਾ ਇੰਜਨ ਟੈਂਪਰੇਚਰ ਆ,
ਇੱਕ ਮੈਂ ਇੰਜਨ ਟੈਂਪਰੇਚਰ ਦਾ ਜ਼ਰੂਰ ਕਹੂੰਗਾ, ਇੰਜਨ ਟੈਂਪਰੇਚਰ ਆਪਣਾ ਠੰਡਾ ਵਿੱਚ ਜਿਹੜੇ ਕੈਨੇਡਾ 'ਚ ਖਾਸ ਕਰਕੇ ਦੇਖਿਆ ਕਰੋ, ਬਿਲਕੁਲ ਐਟਲੀਸਟ ਸੈਂਟਰ ਵਿੱਚ ਆਵੇ, ਜਾਂ ਸੈਂਟਰ ਥੋੜ੍ਹੀ ਪਿੱਛੇ ਰਹੇ, ਬਿਲਕੁਲ ਠੰਡੇ 'ਤੇ ਗੱਡੀ ਨਾ ਤੋਰੋ ਕਦੀ ਵੀ, ਤੁਹਾਡੀ ਟਰਾਂਸਮਿਸ਼ਨ ਖਰਾਬ ਹੋਣ ਦਾ ਡਰ ਰਹਿੰਦਾ ਮੈਨੂੰ ਹੋਇਆ ਸੀ। ਹਾਂ ਅਤੇ ਉਸ ਤੋਂ ਬਾਅਦ ਫਿਰ ਆਪਣੀ ਆ ਗਈ ਆ ਸਕਰੀਨ, ਜਿਹੜੀ ਡਿਜੀਟਲ ਸਕਰੀਨ ਆ ਵਿੱਚ, ਇਹਦੇ ਇਹਦੇ ਵਿੱਚ ਕਾਫੀ ਫੀਚਰਸ ਆ ਜਾਂਦੇ ਆ, ਅਤੇ ਇਹ ਯੋਗੀ ਭਾਈ ਨੂੰ ਹੁਣ ਜ਼ਿਆਦਾ ਪਤਾ ਹੈ, ਇਸ ਬਾਰੇ ਇਹ ਦੱਸਣਗੇ ਰੋਜ਼ ਯੂਜ਼ ਕਰਦੇ ਆ। ਠੀਕ ਹੈ ਜੀ, ਇਹਦੇ ਵਿੱਚ ਆਹੀ ਚੀਜ਼ਾਂ ਗਾਈਸ ਜਿਹੜੀਆਂ ਆਪਾਂ ਲਿਖੀ ਆ ਦੇਖ ਲਓ, ਟੈਲੀਫੋਨ ਵਗੈਰਾ 'ਤੇ ਆ ਜਾਂਦਾ ਆ, ਜਾਂ ਵਹੀਕਲਸ ਆਪਾਂ ਸਟੇਟਸ ਚੈੱਕ ਕਰਨਾ ਹੋਵੇ, ਮਤਲਬ ਕਿ ਕਦੀ ਸਰਵਿਸ ਕਦੋਂ ਹੋਣੀ ਹੈ, ਜਾਂ ਇਹਦੇ ਟਾਇਰਸ ਵਗੈਰਾ ਪ੍ਰੋਪਰ ਹੋਏਗੇ ਮੈਨੇਜ ਕਿ ਨਹੀਂ, ਅਤੇ ਉਹ ਤੋਂ ਇਲਾਵਾ ਡਰਾਈਵਿੰਗ ਡਾਟਾ ਅਤੇ ਆਹ ਰਿਕਾਰਡਮੈਂਟ ਦਾ ਤੁਹਾਨੂੰ ਤੁਸੀਂ ਦੇਖ ਹੀ ਲਓ ਆਪ। ਸੋ ਗਾਈਸ ਆਪਾਂ ਨੈਕਸਟ ਹੁਣ ਵੱਧਦੇ ਹਾਂ ਜੀ ਵਿੰਡੋ ਸਾਈਡ ਵਾਲੀ ਸਾਈਡ 'ਤੇ, ਸਭ ਤੋਂ ਪਹਿਲਾਂ ਲੋਕ ਅਨਲੋਕ ਦਾ ਆਪਸ਼ਨ ਆ ਜਾਂਦਾ, ਉਹ ਤੋਂ ਬਾਅਦ ਹੈਗੀ ਆ ਜੀ ਵਿੰਡੋਜ਼ ਦਾ, ਠੀਕ ਆ ਬਸ, ਅਤੇ ਉਹ ਤੋਂ ਬਾਅਦ ਆਹ ਜਿਹੜੀ ਚੀਜ਼ ਹੈਗੀ ਆ ਜੀ, ਆਹ ਹੈਗੀ ਆਪਾਂ ਮੀਰਰ ਵਗੈਰਾ ਸੈੱਟ ਕਰਨ ਦੇ ਲਈ, ਲੈਫਟ ਦਾ ਅਤੇ ਆ ਰਾਈਟ ਦਾ, ਅਤੇ ਬਿਲਕੁਲ ਆ ਹੀਟਿੰਗ ਦੇ ਲਈ ਹੁੰਦਾ, ਕਈਆਂ ਨੂੰ ਨਹੀਂ ਪਤਾ ਲੱਗਦਾ ਕਿ ਆਪਾਂ ਹੀਟਿੰਗ ਕਿੱਦਾਂ ਔਨ ਕਰਨੀ ਹੈ ਨਾ, ਅਤੇ ਇਹਨੂੰ ਸਭ ਤੋਂ ਪਹਿਲਾਂ ਇੱਥੇ ਹੀਟਿੰਗ 'ਤੇ ਲਿਆ ਕੇ ਉਸ ਤੋਂ ਬਾਅਦ ਆਪਣੀ ਹੀਟ ਇੱਥੋਂ ਔਨ ਕਰੀਦੀ ਹੁੰਦੀ ਹੈ। ਠੀਕ ਹੈ, ਪਹਿਲਾਂ ਮੈਨੂੰ ਪਤਾ ਨਹੀਂ ਸੀ, ਬਟ ਹੌਲੀ ਹੌਲੀ ਕਰਕੇ ਮੈਨੂੰ ਪਤਾ ਲੱਗਣ ਲੱਗ ਗਿਆ। ਹੀਟਿੰਗ ਦੱਸੋ ਕਿਹਨਾਂ ਦੀ, ਬਾਹਰਲੇ ਸ਼ੀਸ਼ਿਆਂ ਦੀ? ਹਾਂਜੀ, ਸ਼ੀਸ਼ਿਆਂ ਦੀ, ਅਤੇ ਉਹ ਜਿਹੜਾ ਪਿਛਲਾ ਜਿਹੜਾ ਐਂਡ ਲਾਸਟ ਵਾਲਾ ਪਿਛਲਾ ਵੀ ਹੁੰਦਾ ਨਾ ਉਹਦੇ ਲਈ। ਠੀਕ ਹੈ, ਚਲੋ ਗਾਈਜ਼ ਹੁਣ ਆਪਾਂ ਮੂਵ ਕਰਦੇ ਹਾਂ ਜੀ ਇਸ ਪਾਰਟ ਦੇ ਵੱਲ, ਜਿਹੜਾ ਕਿ ਸਭ ਤੋਂ ਕਰੂਸ਼ਲ ਮੰਨਿਆ ਜਾਂਦਾ। ਸੋ ਸਭ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਇਹਦਾ ਫੀਚਰ ਦੱਸਾਂਗਾ ਉਹ ਹੈਗਾ ਜੀ ਡਿਊ ਟੈਂਪਰੇਚਰ ਕੰਟਰੋਲ। ਠੀਕ ਹੈ ਜੀ, ਹੁਣ ਇਹ ਵੀ ਭਾਈ ਦੱਸਣਗੇ ਕਿ ਇਹ ਹੁੰਦਾ ਕੀ ਹੈ, ਦੱਸੋ ਸਰ। ਇਹ ਆਪਾਂ ਕਰ ਸਕਦੇ ਆਪਾਂ ਪੈਸੈਂਜਰ ਵਾਲੀ ਸਾਈਡ ਦਾ ਅਲੱਗ ਟੈਂਪਰੇਚਰ ਰੱਖ ਸਕਦੇ ਹਾਂ, ਕੈਮਰੇ ਵਾਲ ਦੇਖਣਾ ਕਾਹਨੂੰ ਸ਼ਾਇਦ ਕਰਦਾ ਹੈ, ਵਾਲੀ ਸਾਈਡ ਦਾ ਅਲੱਗ ਟੈਂਪਰੇਚਰ ਰੱਖ ਸਕਦੇ ਹਾਂ। ਅੱਛਾ, ਜਿਵੇਂ ਕਿ ਸਾਡੇ ਯੋਗੀ ਭਾਈ ਜ਼ਿਆਦਾ ਗਰਮ ਰਹਿੰਦੇ ਆ, ਓ ਮਾਈ ਗੋਡ, ਇਹਨਾਂ ਨੂੰ ਕਈ ਵਾਰੀ ਕੂਲਿੰਗ ਦੀ ਜ਼ਰੂਰਤ ਹੁੰਦੀ ਹੈ, ਸਾਡੇ ਵਰਗਾ ਹੁੰਦਾ ਜਿਹੜਾ ਵਿਚਾਰਾ ਠੀਕ ਠਾਕ ਜਿਹਾ ਰਹਿੰਦਾ, ਉਹਨੂੰ ਠੰਡ ਲੱਗਦੀ ਆ ਤੇ ਉਹਨੂੰ ਹੀਟਿੰਗ ਦੀ ਜ਼ਰੂਰਤ ਹੁੰਦੀ ਹੈ। ਯਾ ਦੇਖੋ ਅਲੱਗ ਅਲੱਗ, ਆਪਾਂ ਇੱਥੇ ਇਹਦਾ 28 ਡਿਗਰੀ ਟੈਂਪਰੇਚਰ ਆ ਰਿਹਾ, ਇੱਥੇ ਵੀ 28 ਡਿਗਰੀ, ਪਰ ਇਹਨੂੰ ਆਪਾਂ ਚੇਂਜ ਕਰ ਸਕਦੇ ਹਾਂ, ਆਪਾਂ ਸਿੰਕ ਕੀਤਾ ਹੋਇਆ, ਦੇਖੋ ਆਹ ਦੇਖੋ ਚੇਂਜ ਹੋਣ ਲੱਗ ਗਿਆ। ਹੁਣ ਮੈਂ ਆਪਣਾ ਇੱਧਰ ਹਾਈ ਕਰਤਾ, ਉਹਦਾ ਉਨਾ ਟੈਂਪਰੇਚਰ ਹੈ, ਭਾਵੇਂ ਆਪਣਾ ਟੈਂਪਰੇਚਰ ਘਟਾ ਲਵੇ। ਹਾਂ ਠੀਕ ਹੈ, ਪਰ ਮੇਰਾ ਜੇ ਉਹਨਾਂ ਦਾ ਫਿਰ ਆਪਾਂ ਸਿੰਕ ਕਰ ਦਈਏ ਤਾਂ ਫਿਰ ਦੋਨਾਂ ਦਾ ਸੇਮ ਵੀ ਹੋ ਜਾਂਦਾ। ਹਾਂ, ਤੂੰ ਟੈਂਪਰੇਚਰ ਭਰਾ ਵਧਾ ਕਰਨ ਦਿੱਤਾ ਜੀ, ਠੰਡ ਲੱਗਣਾ ਕਿ ਨਹੀਂ। ਠੀਕ ਹੈ ਜੀ, ਘਟਾ ਦਿੱਤਾ ਭਰਾਵਾ, ਵਧਾ ਕਰਨ ਉਹੀ ਗੱਲ ਹੋ ਗਈ। ਸੋ ਹੁਣ ਦੂਜਾ ਫੀਚਰ ਅੱਗੇ ਹੈ ਜੀ, ਹੈਗਾ ਇਹ ਸੀਟਿੰਗ ਦਾ, ਸੀਟਾਂ ਜਿਹੜੀਆਂ ਹੁੰਦੀਆਂ ਪੈਸੈਂਜਰ ਸਾਈਡ ਦੀ ਅਤੇ ਆਪਣੇ ਡਰਾਈਵਰ ਸਾਈਡ ਦੀ, ਮਤਲਬ ਕਿ ਗਰਮ ਕਰਨ ਲਈ ਸੀਟ। ਠੀਕ ਹੈ ਜੀ, ਅਤੇ ਇਹ ਹੈਗੀ ਹੈ ਜੀ ਅੱਗੇ ਆਗਨ, ਕੀ ਕਹਿੰਦੇ ਆ ਆਪਣੇ ਡੈਸ਼ਬੋਰਡ ਹੀਟਿੰਗ, ਇਹ ਸਾਰਿਆਂ ਨੂੰ ਪਤਾ ਹੀ ਹੁੰਦਾ। ਚਲੋ ਪਤਾ ਹੀ ਹੋਣਾ ਤੁਹਾਨੂੰ, ਇਹ ਹੈਗਾ ਪੈਰਾਂ ਦੇ ਲਈ, ਅਤੇ ਇਹ ਪੂਰਾ ਸਰਕੂਲੇਟ ਕਰਨ ਲਈ ਨਾ, ਮਤਲਬ ਕਿ ਜੇ ਚਾਹੀਦਾ ਤਾਂ ਤੁਹਾਨੂੰ ਸਾਰਾ ਕੁਛ ਪਤਾ ਹੀ ਹੈ ਬਾਕੀ ਮੋਸਟਲੀ। ਅਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਦੱਸਣੀ ਭੁੱਲ ਗਿਆ, ਇਹ ਹੈਗਾ ਜੀ ਆਪਣਾ ਸਟਾਰਟ ਇੰਜਨ ਹੈਗਾ, ਇੱਥੋਂ ਬਟਨ ਦਬਾ ਕੇ ਸਟਾਰਟ ਹੋ ਜਾਣੀ, ਬਟਨ ਤੋਂ ਬੰਦ ਹੋ ਜਾਂਦੀ ਆ, ਕੀਲੈਸ ਐਂਟਰੀ ਆ, ਜੇਬ 'ਚ ਚਾਬੀ ਚਾਬੀ ਜੇਬ 'ਚ ਰਹਿੰਦੇ ਨਹੀਂ, ਆਪਾਂ ਨੂੰ ਲੋੜ ਨਹੀਂ ਚਾਬੀ ਲਾਉਂਦੀ ਨਾ, ਡੋਰ ਵੀ ਆਪੇ ਆਟੋਮੈਟਿਕ ਓਪਨ ਹੋ ਜਾਂਦੀ ਆ ਚਾਬੀ ਸੈਂਸ ਕਰਕੇ। ਹਾਂਜੀ ਬਸ ਇਹ, ਬਾਕੀ ਸਭ ਨਾਲ ਮੇਨ ਫੀਚਰ ਆ ਦੇਖੋ ਜਿਹੜਾ ਗੰਦ ਪਾਇਆ ਹੋਇਆ ਇਹਨਾਂ ਨੇ, ਵੀਰ ਜੀ ਮਾਸਕ ਹੀ ਰੱਖਿਆ ਹੋਇਆ, ਬਾਕੀ ਫੋਨ ਰੱਖੇ ਹੋਏ ਨੇ, ਤੇ ਜਿਹੜਾ ਤੂੰ ਐਡਾ ਵੱਡਾ ਬੈਗ। ਤੇ ਆਹ ਹੈਗਾ ਜੀ ਆਪਣਾ ਭਾਈ ਮਾੜਾ ਮਾੜਾ ਇਹਨਾਂ ਨੂੰ ਇਹ ਹੈਗੀ ਆਪਣੀ ਆਟੋਮੈਟਿਕ ਪਾਰਕਿੰਗ ਬ੍ਰੇਕ, ਜਿੱਦਾਂ ਆਪਾਂ ਇੰਡੀਆ 'ਚ ਕਰਦੇ ਹੱਥ ਨਾਲ ਬ੍ਰੇਕ ਖਿੱਚ ਕੇ ਲਾਉਂਦੇ ਹਾਂ, ਇਹਦੇ ਸਿਰਫ ਬਟਨ ਪੁਸ਼ ਕਰਨਾ ਆਪਾਂ ਪੁੱਲ ਕਰਨਾ ਆ ਤੇ ਬ੍ਰੇਕ ਲੱਗ ਗਈ ਆਪਣੀ। ਤੇ ਉਸ ਤੋਂ ਬਾਅਦ ਇਹ ਜਿਹੜਾ ਹੈਗਾ, ਉਸ ਤੋਂ ਬਾਅਦ ਹੈਗਾ ਆ ਆਟੋਮੈਟਿਕ ਸ਼ਟ ਆਫ ਤੇ ਜਿਹੜਾ ਆਟੋਮੈਟਿਕ ਟਰਨ ਆਨ ਬਟਨ ਆ, ਜਿੱਦਾਂ ਆਪਾਂ ਲਾਈਟ ਤੇ ਖੜਦੇ ਬ੍ਰੇਕ ਮਾਰਦੇ ਆ ਗੱਡੀ ਆਪਣੀ ਆਟੋਮੈਟਿਕਲੀ ਹੋ ਜਾਂਦੀ ਆ ਬੰਦ, ਤੇ ਜਦੋਂ ਆਪਾਂ ਬ੍ਰੇਕ ਤੋਂ ਮਾੜਾ ਜਿਹਾ ਪੈਰ ਚੱਕਦੇ ਆ ਤੇ ਉਸੇ ਵੇਲੇ ਹੋ ਜਾਂਦੀ ਸਟਾਰਟ। ਇਹ ਹੁੰਦਾ ਤਾਂ ਕਿ ਆਪਣਾ ਫਿਊਲ ਕੰਜ਼ਪਸ਼ਨ ਆਪਾਂ ਘਟਾ ਸਕੀਏ ਤੇ ਤੇਲ ਬਚਾ ਸਕੀਏ। ਜੀ ਜੀ, ਤੇ ਇੱਥੇ ਨਾ ਜਿਹੜੇ ਆਹ ਬਾਕੀ ਹੈਗੇ ਬਿਲਕੁਲ ਖਾਲੀ, ਆਪਾਂ ਮਤਲਬ ਕਿ ਐਡ ਆਨ ਕਰਵਾ ਸਕਦੇ, ਬਟ ਆਪਾਂ ਸਾਨੂੰ ਪੈਸੇ ਲਾਉਣੇ ਨਾ ਫਾਲਤੂ। ਬਸ ਮੈਂ ਇਹ ਸੋਚਣ ਡਿਆ ਹੈਗਾ ਕਿ ਫਿਊਚਰ ਦੇ ਵਿੱਚ ਜਦੋਂ ਮਤਲਬ ਕਿ ਅਗਲੇ ਸਾਲ ਦੇ ਆਹ ਲਾਈਟਾਂ ਜੀਆਂ ਲਵਾਉਣੀਆਂ ਜਿਹੜੀਆਂ ਹੁੰਦੀਆਂ ਯਾਰ, ਉਹ ਇੰਟੀਰੀਅਰ ਲਾਈਟਨਿੰਗ ਕਰਾਉਣੀ ਹੈ ਨਾ, ਉਹ ਵਧੀਆ ਹੁੰਦੀਆਂ। ਤੇ ਚਲੋ ਜੀ ਗਾਈਸ, ਇੰਨਾ ਤੇ ਇਹ 'ਚ ਤਾਂ ਇੰਨਾ ਹੀ ਸੀਗਾ, ਬਾਕੀ ਇਹ ਮੈਂ ਦਿਖਾਉਣਾ ਚਾਹੁੰਦਾ ਨਹੀਂ ਸੀ, ਬਟ ਇਹ 'ਚ ਕਲਰਾ ਬਹੁਤ ਪਾਇਆ ਹੋਇਆ ਮੈਂ, ਜੋ ਵੀ ਭਾਈ ਨੇ ਐਡਮਾਂ ਬੜੀਆਂ ਰੱਖੀਆਂ, ਸਾਰੀ ਦੁਕਾਨ ਖੋਲ੍ਹੀ ਜਾਂਦਾ ਸੀ। ਠੀਕ ਹੈ ਭਾਈ, ਪਤਾ ਨਹੀਂ ਕੀ ਰੱਖਿਆ ਹੈ, ਉਹ ਆ ਕੀ ਹੋਰ ਜੀ, ਇਹ ਵੀ ਸੌਂਗੀ ਹੈ ਬ੍ਰੋ, ਇਹ ਕਾਲੀ ਸੌਂਗੀ ਹੈ, ਸੌਂਗੀ ਹੈ। ਗਰਮੀ ਹੁਣ, ਠੰਡ ਦੇਖੋ ਕਿੰਨੀ ਵਾਰ ਪੈ ਰਹੀ, ਸਨੋਅ ਪੈਣੀ ਸ਼ੁਰੂ ਹੋ ਗਈ, ਤਾਂ ਫਿਰ ਗਰਮੀ ਵੀ ਚਾਹੀਦੀ ਨਾ ਸਾਨੂੰ। ਅਤੇ ਗਾਈਸ ਹੁਣ ਇਹ ਮੇਨ ਜਿਹੜੀ ਚੀਜ਼ ਸਾਡੀ ਆ ਜਾਂਦੀ ਹੈ ਉਹ ਹੈਗੀ ਹੈ ਇਹ। ਹੁਣ ਆਪਾਂ ਗੱਲ ਕਰਦੇ ਹਾਂ ਜੀ ਸਕਰੀਨ ਦੀ, ਇਹ 'ਚ ਸਾਨੂੰ ਦੋ ਫੀਚਰਸ ਮਿਲਦੇ ਨੇ, ਇੱਕ ਹੈਗਾ ਜੀ ਕਾਰਪਲੇ ਆਪਣਾ ਐਂਡਰੋਇਡ ਉਹਦੇ ਲਈ, ਆਈਫੋਨ ਦੇ ਲਈ, ਅਤੇ ਇੱਕ ਹੁੰਦਾ ਐਂਡਰੋਇਡ ਲਈ, ਦੋਨਾਂ ਲਈ ਆਪਸ਼ਨ ਹੈਗੇ ਨਾ ਇਹਦੇ 'ਚ, ਇੱਕ ਹੈਗਾ ਐਂਡਰੋਇਡ ਆਟੋ ਅਤੇ ਇੱਕ ਹੈਗਾ ਐਪਲ ਕਾਰਪਲੇ। ਜੀ ਗਾਈਸ, ਅਤੇ ਹੁਣ ਆਪਾਂ ਇਹਨਾਂ ਦੇ ਫੀਚਰਸ ਦੀ ਗੱਲ ਕਰਦੇ ਹਾਂ ਗਾਈਸ, ਇਹਦੇ ਵਿੱਚ ਰੇਡੀਓ ਮਿਲ ਜਾਂਦਾ ਸਾਨੂੰ, ਮੀਡੀਆ ਮਿਲ ਜਾਂਦਾ, ਮੀਡੀਆ ਦੇ ਵਿੱਚ ਸਾਨੂੰ ਸੀਡੀਜ਼ ਦਾ ਵੀ ਆਪਸ਼ਨ ਹੈਗਾ, ਜਾਂ ਪੈਨ ਡਰਾਈਵ ਵਗੈਰਾ ਲਗਾ ਸਕਦੇ ਹਾਂ, ਅਤੇ ਉਹ ਤੋਂ ਇਲਾਵਾ ਫੋਨ ਕਰ ਸਕਦੇ ਹਾਂ, ਵੋਇਸ ਅਸਿਸਟੈਂਟ ਜਿਹੜੀ ਤੁਹਾਨੂੰ ਮੈਂ ਦਿਖਾਈ ਦੇ
ਇਹ ਸਾਰੇ ਆਪਸ਼ਨ ਜਿਹੜੇ ਹੈਗੇ ਤੁਹਾਨੂੰ ਮਿਲ ਜਾਂਦੇ ਆ ਇਹਦੇ ਵਿੱਚ ਤੁਹਾਨੂੰ ਜਿਹੜਾ ਮੇਨ ਜਿਹੜੀਆਂ ਕਲਾਈਮੇਟ ਕੰਟਰੋਲ ਹੈਗਾ ਜਿਹਨਾਂ ਤੁਸੀਂ ਆਪਣਾ ਟੈਂਪਰੇਚਰ ਆਪ ਸੈੱਟ ਕਰ ਸਕਦੇ ਹੋ ਮੈਨੂਅਲੀ ਵੀ ਕਰ ਸਕਦੇ ਆਟੋਮੈਟਿਕਲੀ ਵੀ ਕਰ ਸਕਦੇ ਹੋ ਨਾ ਅਤੇ ਉਸ ਤੋਂ ਇਲਾਵਾ ਮੈਂ ਥੋੜ੍ਹਾ ਜਿਹਾ ਜਿੰਨਾ ਮੈਂ ਹੈਗਾ ਸੋ ਇਸ ਲਈ ਸੋਰੀ ਸੋ ਵਹੀਕਲ ਦਾ ਜੇ ਆਪਾਂ ਸਟੇਟਸ ਚੈੱਕ ਕਰਨਾ ਹੋਵੇ ਤੁਹਾਡਾ ਨਾਮ ਆ ਰਿਹਾ ਯਾ ਯਾ ਵਜੀ ਕੀ ਕਹਿ ਰਹੇ ਨੇ ਕਹਿੰਦੇ ਯੋਗੇਸ਼ ਵਜੀ ਕੀ ਕਹਿ ਰਹੇ ਨੇ ਕੀ ਕਹਿ ਰਹੇ ਨੇ ਯੋਗੇਸ਼ ਅਤਰੀ ਠੀਕ ਹੈ ਜੀ ਅਤੇ ਉਸ ਤੋਂ ਇਲਾਵਾ ਸੈਟਿੰਗਸ ਜਦੋਂ ਆਪਾਂ ਜਾਵਾਂਗੇ ਆਹ ਸਾਰਾ ਕੁਛ ਆ ਜਾਣਾ ਇਹ ਆਪਸ਼ਨ ਜਿਹੜੇ ਹੈਗੇ ਨੇ ਜੋ ਵੀ ਆਪਾਂ ਚੈੱਕ ਕਰਨਾ ਚਾਹੁੰਦੇ ਹਾਂ ਨਾ ਪਾਰਕਿੰਗ ਦੇ ਲਈ ਰੇਅਰ ਜੋ ਆਪਾਂ ਔਨ ਕੀਤਾ ਹੋਇਆ ਆਲਰੇਡੀ ਨਾ ਫੀਚਰੇ ਵਾਲਾ ਅਤੇ ਉਸ ਤੋਂ ਇਲਾਵਾ ਚਲੋ ਵੀ ਚੱਲਦਾ ਪਿੱਛੇ ਅਤੇ ਆਹ ਅਸਿਸਟੈਂਟ ਸਿਸਟਮ ਹੈਗਾ ਜਿਹੜਾ ਵੀ ਆਪਾਂ ਬਲਾਈਂਡ ਸਪੋਟ ਦਾ ਵੀ ਐਕਟਿਵ ਕੀਤਾ ਬਲਾਈਂਡ ਸਪੋਟ ਦਾ ਕੀ ਹੁੰਦਾ ਗਾ ਇੱਥੇ ਆਪਣੇ ਨਾਲ ਕੋਈ ਗੱਡੀ ਹੈਗੀ ਆ ਅਤੇ ਇੱਥੇ ਨਾ ਉਹ ਸਾਹਮਣੇ ਤੁਹਾਨੂੰ ਲੱਭ ਰਿਹਾ ਹੋਣਾ ਬਲਿੰਕ ਹੋਣਾ ਸ਼ੁਰੂ ਹੋ ਜਾਂਦਾ ਨਾ ਸਾਨੂੰ ਪਤਾ ਲੱਗ ਜਾਂਦਾ ਕਿ ਪਿੱਛੇ ਗੱਡੀ ਹੈਗੀ ਆ ਅਦਰਵਾਈਜ਼ ਤੁਹਾਨੂੰ ਪਿੱਛੇ ਮੁੜ ਕੇ ਦੇਖਣਾ ਪੈਂਦਾ ਲਾਈਟਸ ਜਿਹੜੀਆਂ ਹੈਗੀਆਂ ਗਾਈਜ਼ ਆ ਹੈਗਾ ਆਪਣੇ ਕੋਲ ਰਿਕੁਆਇਰਮੈਂਟ ਆਪਾਂ ਆਪਣੇ ਹਿਸਾਬ ਨਾਲ ਕਰ ਸਕਦੇ ਹਾਂ ਸੈਟ ਆਪਾਂ ਕੀਤਾ ਨਹੀਂ ਹੈਗਾ ਜੋ ਵੀ ਪਹਿਲਾਂ ਹੀ ਸੀਗਾ ਪਰਸਨਲਾਈਜ਼ ਆ ਟਾਇਰਸ ਦਾ ਆ ਜਾਂਦਾ ਆ ਟਾਇਰਸ ਦੀ ਆਪਾਂ ਆਲਰੇਡੀ ਕੀਤਾ ਹੋਇਆ ਸੈਟਿੰਗ ਆ ਪੂਰੀ ਟਾਇਰਸ ਦਾ ਹੁੰਦਾ ਇਹਦੇ ਵਿੱਚ ਜਿਹੜਾ ਹੁੰਦਾ ਟਾਇਰ ਪ੍ਰੈਸ਼ਰ ਟਾਇਰਾਂ ਦੀ ਹਵਾ ਆ ਉਹਦੇ ਵਿੱਚ ਦੱਸ ਦਿੰਦਾ ਇਹ ਘੱਟ ਹੈ ਜਾਂ ਵੱਧ ਆ ਉਸ ਹਿਸਾਬ ਨਾਲ ਬੰਦਾ ਪਰਵਾਹ ਲੈਂਦਾ ਸਹੀ ਇਹ ਵੀ ਸਹੀ ਆ ਆਹ ਮਿਰਰ ਵਾਈਪਰਸ ਆ ਜਾਂਦਾ ਓਪਨਿੰਗ ਕਲੋਜ਼ਿੰਗ ਓਪਨਿੰਗ ਕਲੋਜ਼ਿੰਗ ਦਾ ਕੀ ਸੀਗਾ ਕਿ ਜੇ ਆਪਾਂ ਚਾਹੀਏ ਇੱਕੋ ਟਾਈਮ ਦੇ ਉੱਤੇ ਸਾਰੇ ਡੋਰ ਓਪਨ ਹੋ ਜਾਂਦੇ ਜੇ ਅਨਲੋਕ ਕਰਦੇ ਹਾਂ ਅਦਰਵਾਈਜ਼ ਨਹੀਂ ਤਾਂ ਸੀਗਾ ਕਿ ਇਕੱਲਾ ਡਰਾਈਵਰ ਦਾ ਹੀ ਓਨ ਹੁੰਦਾ ਉਸ ਤੋਂ ਬਾਅਦ ਆਪਾਂ ਦੂਜੇ ਅਨਲੋਕ ਕਰਨੇ ਹੁੰਦੇ ਆਪ ਹੀ ਟਾਈਮ ਡੇਟ ਵਗੈਰਾ ਚੇਂਜ ਕਰਨੀ ਹੋਵੇ ਉਹਦੇ ਲਈ ਹੈ ਠੀਕ ਹੈ ਜੀ ਅਤੇ ਬਾਕੀ ਸਾਰਾ ਕੁਛ ਇੱਥੇ ਹੈਗਾ ਆ ਉਸ ਤੋਂ ਇਲਾਵਾ ਇੱਕ ਹੋਰ ਬੜਾ ਵਧੀਆ ਫੀਚਰ ਸੀਗਾ ਕਿੱਥੇ ਗਿਆ ਜੀ ਭਾਜੀ ਉਹ ਸੈਟਿੰਗਸ 'ਚ ਹੁੰਦਾ ਆ ਕਿਹੜਾ ਫਿਰ ਉਹ ਵਾਲਾ ਜਿਹੜਾ ਸੀਗਾ ਮਤਲਬ ਗੱਡੀ ਦਾ ਆਪਾਂ ਕਦੋਂ ਤੱਕ ਸਰਵਿਸ ਹੋਣੀ ਹੈ ਕਦੋਂ ਨਹੀਂ ਹੋਣੀ ਉਹ ਵੀ ਸਾਰਾ ਕੁਛ ਸੀਗਾ ਅਤੇ ਇੱਕ ਗਾਈਸ ਇਹਦੇ ਵਿੱਚ ਹੈਗਾ ਆਪਾਂ ਸਰਵਿਸ ਵਗੈਰਾ ਵੀ ਦੇਖ ਸਕਦੇ ਹਾਂ ਕਿ ਇਹਦੀ ਕਦੋਂ ਸਰਵਿਸ ਹੋਣੀ ਕਦੋਂ ਨਹੀਂ ਹੋਣੀ ਨਾ ਓਹੋ ਸੋਰੀ ਆਹ ਦੇਖੋ ਜਿੱਦਾਂ ਮੈਂ ਹੁਣ ਇੰਸਪੈਕਸ਼ਨ ਕਰਵਾ ਕੇ ਆਇਆ ਸੀਗਾ ਦੋ ਤਿੰਨ ਦਿਨ ਪਹਿਲਾਂ ਅਤੇ ਹੁਣ 9500 ਮਤਲਬ ਕਿਲੋਮੀਟਰ ਤੋਂ ਬਾਅਦ ਹੋ ਗਈ ਓਇਲ ਚੇਂਜ ਵੀ ਹੁਣ ਚੇਂਜ ਕਾਫੀ ਟਾਈਮ ਬਾਅਦ ਹੀ ਹੋਣਾ ਕੋਈ ਚੱਕਰ ਨਹੀਂ ਹੈਗੀ ਨਿਕਾਲੀ ਨਹੀਂ ਹੈਗੀ ਆਪਾਂ ਨੂੰ ਅਤੇ ਉਸ ਤੋਂ ਇਲਾਵਾ ਤਾਂ ਬਸ ਇੰਨੇ ਹੀ ਫੀਚਰਸ ਨੇ ਜਿਹੜੇ ਕਿ ਮੋਰ ਦੈਨ ਇਨਫ ਆ ਮੇਰੇ ਲਈ ਕਿਉਂਕਿ ਯੂਜ਼ ਤਾਂ ਬਹੁਤ ਘੱਟ ਹੀ ਹੁੰਦੇ ਆ ਠੀਕ ਆ ਨਾ ਅਤੇ ਹੁਣ ਬਾਕੀ ਆਪਾਂ ਗੱਲ ਕਰੀਏ ਸਪੀਕਰਸ ਦੀ ਇਹਦੇ ਸਪੀਕਰ ਜਿਹੜੇ ਹੈਗੇ ਦੋਨਾਂ ਸਾਈਡਾਂ ਦੇ ਉੱਤੇ ਨੇ ਆਹ ਸਾਹਮਣੇ ਵੀ ਹੈਗੇ ਆ ਇੱਧਰਲੀ ਸਾਈਡ 'ਤੇ ਇੱਧਰਲੀ ਸਾਈਡ 'ਤੇ ਮਤਲਬ ਕਿ ਕਹਿ ਸਕਦੇ ਕਿ ਧਮਾਕਾ ਪਾ ਦਿੰਦੇ ਧਮਾਕਾ ਐਂਡ ਕਿਉਂ ਜੀ ਭਾਜੀ ਬਿਲਕੁਲ ਸਰ ਗਾਣਾ ਸੁਣਾ ਦੇ ਯਾਰ ਸਪੀਕਰ ਦੀ ਫਿਰ ਜ਼ਰੂਰਤ ਨਹੀਂ ਹੈ ਲਾਈ ਰੱਖਦੇ ਆਪਣੇ ਵਿੱਚ ਠੀਕ ਹੈ ਸਰ ਠੀਕ ਹੈ ਰੌਲਾ ਪਾਈ ਰੱਖਦੇ ਸੋ ਹੁਣ ਆਪਾਂ ਗੱਲ ਕਰਦੇ ਜੀ ਉੱਪਰ ਵਾਲੀ ਦੀ ਆਹ ਲਾਈਟਾਂ ਵਗੈਰਾ ਦਾ ਆਪਸ਼ਨ ਹੈਗਾ ਤੁਹਾਨੂੰ ਸਾਰਾ ਹੀ ਪਤਾ ਆ ਤੁਹਾਨੂੰ ਮੈਂ ਆਪਣੀ ਸੋਹਣੀ ਜੀ ਸ਼ਕਲ ਦਾ ਦਿਖਾਵਾਂ ਲੋੜ ਨਹੀਂ ਮੈਂ ਗਾਇਸ ਸੋਹਣਾ ਲੱਗਣ ਲੱਗ ਗਿਆ ਯਾਰ ਅੱਜ ਕੱਲ੍ਹ ਮੈਂ ਕਾਫੀ ਜ਼ਿਆਦਾ ਵੈਸੇ ਮੈਨੂੰ ਪਤਾ ਹੀ ਹੈ ਤੁਹਾਨੂੰ ਅਤੇ ਉੱਧਰ ਵੀ ਇੱਦਾਂ ਹੀ ਸੇਮ ਹੈਗਾ ਗਾਈਸ ਅਤੇ ਆਹ ਐਨਕਾਂ ਸ਼ੈਨਕਾਂ ਰੱਖਣ ਦੇ ਲਈ ਅੱਜ ਗਾਰਮੈਂਟ ਜਿਹੜਾ ਮੈਂ ਯੂਜ਼ ਘੱਟ ਹੀ ਕਰਦਾ ਅਤੇ ਆਹ ਜਿਹੜੀ ਮੇਨ ਹੈਗਾ ਇਹਦੇ ਲਈ ਹੁਣ ਮੈਂ ਬਾਹਰ ਨਿਕਲ ਨਹੀਂ ਸਕਦਾ ਕਿਉਂਕਿ ਹੁਣ ਬਾਹਰ ਸਨੋਅ ਪੈ ਰਹੀ ਆ ਅਤੇ ਆਈ ਵੀ ਭਾਅ ਜੀ ਸਾਡੇ ਗੰਨੀ ਸ਼ਕਲ ਵਾਲੇ ਅਤੇ ਆਪਾਂ 'ਚ ਥੋੜ੍ਹਾ ਜਿਹਾ ਖਲਾਰਾ ਪਾਇਆ ਹੋਇਆ ਥੋੜ੍ਹਾ ਪੜੀ ਪੁੜੀ ਦਾ ਵੀ ਲਈਦਾ ਅਤੇ ਆਹ ਪਿੱਛੇ ਆਪਣੀ ਰਿਕੁਆਇਰਮੈਂਟ ਜਿਹਾ ਪਿਆ ਹੋਇਆ ਸੋ ਓਵਰਆਲ ਦੀ ਆਪਾਂ ਗੱਲ ਕਰੀਏ ਹੁਣ ਤੁਹਾਨੂੰ ਆਪਾਂ ਡਿਸਕਸ ਕਰਕੇ ਦੱਸ ਸੋ ਹੁਣ ਆਪਾਂ ਈ ਵੀ ਭਾਈ ਤਾਂ ਆਪਾਂ ਨਾ ਬਹੁਤ ਹੀ ਕ੍ਰਿਟੀਕਲ ਸਿਚੁਏਸ਼ਨ 'ਚ ਆਏ ਹੋਏ ਹਾਂ ਅਤੇ ਹੁਣ ਆਪਾਂ ਆਪਣਾ ਪੁਆਇੰਟ ਆਫ ਵਿਊ ਦੱਸਾਂਗੇ ਕਿ ਗੱਡੀ ਬਰਥ ਮਿਲੀ ਹੈ ਗੱਡੀ ਦੀ ਆਪਾਂ ਨੂੰ ਜਾਂ ਨਹੀਂ ਮਿਲੀ ਸੋ ਈ ਭਾਈ ਆਪਾਂ ਤੁਹਾਡੀ ਤੋਂ ਸ਼ੁਰੂ ਕਰਦੇ ਹਾਂ ਕੀ ਤੁਹਾਨੂੰ ਲੱਗ ਗਿਆ ਸ਼ੁਰੂ ਕੀਤੀ ਬੜੀ ਓ ਮਾਈ ਗੋਡ ਇਸ ਦਮ ਸਿਆਣਾ ਓਪੀਨੀਅਨ ਮਤਲਬ ਕਿ ਨਹੀਂ ਗੱਡੀ ਬਹੁਤ ਵਧੀਆ ਬਾਕਸ ਵਾਲੀ ਜੱਟ ਹੈ ਇਹਦੀ ਸਾਰਾ ਕੁਛ ਮਾਈਲੇਜ ਵਗੈਰਾ ਵੀ ਵਧੀਆ ਹੋਇਆ 15 ਦੇ ਕਰੀਬ ਦੇਣ ਦੀ ਆ ਕੈਨੇਡਾ ਵਿੱਚ ਬਹੁਤ ਜ਼ਿਆਦਾ 15 ਦੇ ਕਰੀਬ ਦੇਣੀ ਅਦਰਵਾਈਜ਼ ਗੱਡੀਆਂ ਇੱਥੇ ਦਿੰਦੀਆਂ ਹੱਦ 10 ਦੇ ਕਰੀਬ ਕਰੀਬ ਮੇਰੇ ਵਾਲੀ ਗੱਡੀ ਵੀ 10 ਦੇ ਕਰੀਬ ਦਿੰਦੀ ਆ ਸੋ ਇਹ ਗੱਡੀ ਬਹੁਤ ਵਧੀਆ ਸਮੂਥ ਵੀ ਬਹੁਤ ਚੱਲਦੀ ਬਾਕਸ ਵੈਗਨ ਇਸ ਕੰਮ ਨੂੰ ਫੇਮਸ ਆ ਅਤੇ ਬਾਕੀ ਤੁਹਾਨੂੰ ਪਤਾ ਹੈਗਾ ਜੀ ਬਾਕਸ ਵੈਗਨ ਨੇ ਕਿੰਨੀਆਂ ਕੰਪਨੀਜ਼ ਖਰੀਦੀਆਂ ਹੋਈਆਂ BMW ਪਤਾ ਨਹੀਂ ਕਿਹੜੀਆਂ ਕਿਹੜੀਆਂ ਬੁਗਾਟੀ ਪਤਾ ਨਹੀਂ ਕਿੰਨੀਆਂ ਫਿਰ ਮੈਂ ਉਹਨਾਂ ਦਾ ਮਾਲਕ ਹਾਂ ਮੈਂ ਬਾਕਸ ਵੈਗਨ ਹੀ ਖਰੀਦ ਲਈ ਆ ਗਾਈਜ਼ ਰਿਚ ਬਾਕੀ ਹੁਣ ਮੌਸਮ ਸੁੱਖ ਨਾਲ ਬਾਹਰ ਸਨੋਅ ਵਾਲਾ ਹੋ ਗਿਆ ਸਨੋਅ ਪਵਾ ਦਿੱਤੀ ਹੈ ਸਾਰੇ ਪਾਸੇ ਤੇ ਗਾਈਸ ਹੁਣ ਆਪਾਂ ਗੱਲ ਕਰਦੇ ਜੀ ਸਾਨੂੰ ਗੱਡੀ ਪਈ ਕਿੰਨੇ ਦੀ ਸੀਗੀ ਹਾਂਜੀ ਸਭ ਤੋਂ ਪਹਿਲਾਂ ਤਾਂ ਗੱਡੀ ਮਿਲੀ ਬੜੀ ਮੁਸ਼ਕਲ ਨਾਲ ਭਰਾਵਾ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੂੰ ਕੀ ਘੜਾਤੀ ਗੱਡੀ ਨੇ ਗੱਡੀ ਅਸੀਂ ਕਮ ਸੇ ਕਮ ਪਹਿਲਾਂ ਇੱਕ ਗੱਡੀ ਟਰਾਈ ਕੀਤੀ ਉਹ ਸਾਡਾ ਕ੍ਰੈਡਿਟ ਹੁੰਦਾ ਇਹਦਾ ਰਿਜੈਕਟ ਤੇ ਉਹਨੇ ਸਾਡਾ ਕਰਤਾ ਕ੍ਰੈਡਿਟ ਖਰਾਬ ਯਾ ਉਹਨੇ ਪਾਤੀਆਂ ਇਨਕੁਆਇਰੀਆਂ ਸਾਡੇ ਤੇ ਜਦੋਂ ਇੱਥੇ ਇਨਕੁਆਇਰੀ ਪੈ ਜਾਂਦੀ ਆ
ਬਿਲਕੁਲ ਤੇ ਬਾਕੀ ਜੇ ਤੁਹਾਨੂੰ ਇੰਸ਼ੋਰੈਂਸ ਦੇ ਬਾਰੇ ਕੋਈ ਜ਼ਿਆਦਾ ਨੌਲੇਜ ਚਾਹੀਦੀ ਹੈ, ਇੰਸ਼ੋਰੈਂਸ ਵਾਲਾ ਬੰਦਾ ਚਾਹੀਦਾ ਜਿਹੜੇ ਘੱਟ ਇੰਸ਼ੋਰੈਂਸ ਤੁਹਾਨੂੰ ਮਿਲ ਜਾਵੇ, ਤਾਂ ਤੁਸੀਂ ਉਹ ਵੀ ਸਾਨੂੰ ਕਰ ਸਕਦੇ ਹੋ, ਮਤਲਬ ਕਿ ਕੰਟੈਕਟ ਕਰੋ, ਸਾਡੇ ਕੋਲ ਬੰਦਾ ਹੈਗਾ ਉਹ ਕਾਫ਼ੀ ਵਧੀਆ ਇੰਸ਼ੋਰੈਂਸ ਰੇਟ ਦੇ ਉੱਤੇ ਇੰਸ਼ੋਰੈਂਸ ਪ੍ਰੋਵਾਈਡ ਕਰਦਾ। ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਮਹੀਨੇ ਦੀ ਇੰਸ਼ੋਰੈਂਸ ਦੇ ਰਿਹਾ $380 ਤੇ ਉਹ ਵੀ ਆਪਣੀ ਮਤਲਬ ਕਿ ਇਹਦਾ ਕੋਈ ਐਕਸਪੀਰੀਅੰਸ ਨਹੀਂ ਹੈਗਾ ਪਹਿਲਾਂ, ਤਾਂ ਵੀ ਇੰਨੀ 380 ਉਹ ਵੀ ਬ੍ਰੈਂਪਟਨ ਦੇ ਵਿੱਚ, ਜਿਹੜੇ ਬ੍ਰੈਂਪਟਨ ਜਾਂਦੇ ਉਹਨਾਂ ਨੂੰ ਪਤਾ ਵੀ 500 ਤੋਂ ਘੱਟ ਅੱਜ ਕੱਲ੍ਹ ਗੱਲ ਹੁੰਦੀ ਨਹੀਂ। ਬਿਲਕੁਲ, ਤੋ ਇਸ ਕਰਕੇ ਵਧੀਆ ਮਿਲ ਗਈ ਡੀਲ, 380 ਬਹੁਤ ਵਧੀਆ ਡੀਲ ਆ ਵੀ ਫਸਟ ਟਾਈਮ ਡਰਾਈਵਰ ਵਾਸਤੇ ਵਿਦਆਊਟ ਮਤਲਬ ਕਿ ਜ਼ੀਰੋ ਐਕਸਪੀਰੀਅੰਸ ਦੇ ਨਾਲ ਫਸਟ ਗੱਡੀ ਹੋਵੇ ਤੇ ਬਹੁਤ ਔਖੀ ਮਜ਼ੇ $380 ਇੰਸ਼ੋਰੈਂਸ। ਤੇ ਗਾਈਸ ਇੱਕ ਸਭ ਤੋਂ ਵੱਡੀ ਜਿਹੜੀ ਮੈਂ ਚੀਜ਼ ਤੁਹਾਨੂੰ ਕਹਿਣਾ ਚਾਹੁੰਦਾ, ਕਿਉਂਕਿ ਹੁਣ ਸਰਦੀਆਂ ਆ ਗਈਆਂ ਨੇ ਤੇ ਮੇਕ ਸ਼ੋਰ ਕਰਿਓ ਕਿ ਤੁਸੀਂ ਵੈਦਰ ਆਪਣੇ ਜਿਹੜੇ ਟਾਇਰ ਹੈਗੇ ਨਾ ਉਹ ਵਿੰਟਰ ਵਾਲੇ ਕਰਵਾ ਲਿਓ, ਚੇਂਜ ਕਰਵਾ ਲਓ, ਠੀਕ ਹੈ? ਕਿਉਂਕਿ ਔਨ ਜਿਹੜੇ ਦੂਜੇ ਹੁੰਦੇ ਨਾ ਔਲ ਸੀਜ਼ਨ ਵਾਲੇ, ਉਹ 3 ਡਿਗਰੀ ਟੈਂਪਰੇਚਰ -3 ਡਿਗਰੀ ਟੈਂਪਰੇਚਰ ਤੋਂ ਬਾਅਦ ਕੀ ਹੋ ਜਾਂਦੇ, ਉਹ ਟਾਈਟ ਹੋ ਜਾਂਦੀ ਉਹਨਾਂ ਦੀ ਗ੍ਰਿਪ ਤੇ ਉਹ ਬਹੁਤ ਜ਼ਿਆਦਾ ਜਲਦੀ ਮਤਲਬ ਕਿ ਉਹ ਸਲਾਈਡ ਹੋਣੇ ਸ਼ੁਰੂ ਹੋ ਜਾਂਦੇ, ਸਲਾਈਡ ਹੋ ਜਾਂਦੇ। ਹਾਂਜੀ, ਸੋ ਵਿੰਟਰ ਟਾਈਰ ਜ਼ਰੂਰ ਪਵਾ, ਜਿੱਦਾਂ ਕਿ ਮੈਂ ਪਵਾ ਹੀ ਲਏ ਨੇ, ਪੈਸੇ ਖਰਚੇ ਹੈਗੇ ਨੇ ਤੇ ਤੁਸੀਂ ਵੀ ਖਰਚ ਲਿਓ, ਠੀਕ ਹੈ ਜੀ? ਤੇ ਜੇ ਤੁਹਾਨੂੰ ਹੋਰ ਕੋਈ ਵੀ ਮਤਲਬ ਤੁਹਾਡੇ ਕੋਈ ਕੁਐਰੀ ਹੋਵੇ ਹੈ ਨਾ ਗੱਡੀ ਦੇ ਬਾਰੇ, ਜਾਂ ਤੁਸੀਂ ਕੋਈ ਵੀ ਨੌਲੇਜ ਲੈਣੀ ਹੋਵੇ ਜਾਂ ਕੋਈ ਪੁੱਛਣਾ ਹੋਵੇ, ਤੁਸੀਂ ਜਦੋਂ ਮਰਜ਼ੀ ਫੀਲ ਫਰੀ ਟੂ ਮੈਸੇਜ ਮੀ ਐਂਡ ਆਪਾਂ ਫਿਰ ਤੁਹਾਡੀ ਜ਼ਰੂਰ ਹੈਲਪ ਕਰਾਂਗੇ ਜੇ ਕਿਸੇ ਵੀ ਤਰੀਕੇ ਦੀ ਆਪਾਂ ਕਰ ਸਕੀਏ, ਹੈ ਨਾ? ਤੇ ਇਹਦੇ ਨਾਲ ਹੀ ਆਪਾਂ ਵੀਡੀਓ ਐਂਡ ਕਰਦੇ ਹਾਂ ਤੇ ਮੁੰਡੇ ਦੀ ਆਖਰੀ ਲੁੱਕ ਚੈੱਕ ਕਰੋ ਯਾਰ। ਕਿਲਰ ਲੁੱਕ ਇਹਨੂੰ ਕਹਿੰਦੇ ਆ, ਇਹਨੂੰ ਕਹਿੰਦੇ ਆ, ਇਹਨੂੰ ਕੀ ਕਹਿੰਦੇ ਆ, ਚਲੋ ਗਾਇਸ ਠੀਕ ਹੈ ਜੀ, ਧਿਆਨ ਰੱਖੋ ਤੁਸੀਂ ਆਪਣੇ, ਹੋਪ ਕਰਦਾ ਜੀ ਤੁਹਾਨੂੰ ਵੀਡੀਓ ਪਸੰਦ ਆਏਗੀ। ਸੋ ਖੁਦਾ ਹਾਫਿਜ਼।